ਸਤਿ ਸ਼੍ਰੀ ਅਕਾਲ ਡੀ 5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਸੰਸਦ ਦੇ ਵਿੱਚ ਸਾਂਸਦਾਂ ਨੇ ਸਹੁੰ ਚੁੱਕ ਸਮਾਗਮ ਦੇ ਵਿੱਚ ਹਿੱਸਾ ਲਿਆ ਤਾਂ ਇਸ ਸਹੁੰ ਚੁੱਕ ਸਮਾਗਮ ਦੇ ਵਿੱਚ ਜਦੋਂ ਉਹਨਾਂ ਨੇ ਸਹੁੰ ਚੁੱਕੀ ਤਾਂ ਕਈ ਤਰ੍ਹਾਂ ਦੇ ਸ਼ਬਦ ਵੱਖਰੇ ਬੋਲ ਦਿੱਤੇ ਜੋ ਸਹੁੰ ਚੁੱਕਣ ਵਾਲੇ ਪੇਪਰ ਦੇ ਉੱਤੇ ਲਿਖੇ ਸ਼ਬਦਾਂ ਤੋਂ ਵੱਖਰੇ ਸਨ। ਕਈਆਂ ਨੇ ਨਾਅਰੇ ਲਗਾ ਦਿੱਤੇ ਗਏ ਅਤੇ ਹੁਣ ਇਹਦਾ ਨੋਟਿਸ ਲੈਂਦਿਆਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਹੋਰਾਂ ਨੇ ਨਿਯਮਾਂ ਦੇ ਵਿੱਚ ਸੋਧ ਕਰ ਦਿੱਤੀ ਹੈ ਕਿ ਸਿਰਫ ਜੋ ਸ਼ਬਦ ਗ੍ਰਹਿਣ ਜਾਂ ਸਹੁੰ ਚੁੱਕ ਵਾਲੇ ਪੱਤਰ ਦੇ ਉੱਤੇ ਸ਼ਬਦ ਲਿਖੇ ਨੇ ਉਹੀ ਬੋਲੇ ਜਾਣ। ਇਸ ਤੋਂ ਇਲਾਵਾ ਕੋਈ ਵੀ ਸ਼ਬਦ ਬੋਲਣ ਦੀ ਪਾਬੰਦੀ ਲੱਗ ਗਈ ਹੈ, ਮਨਾਹੀ ਕਰ ਦਿੱਤੀ ਗਈ ਹੈ। ਅਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਕੱਲ੍ਹ ਸਹੁੰ ਚੁੱਕਣੀ ਹੈ ਤਾਂ ਉਸ ਤੋਂ ਪਹਿਲਾਂ ਇਹ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਵੱਖ ਵੱਖ ਲੀਡਰਾਂ ਨੇ, ਖਾਸ ਕਰ ਅਸਦੁੱਦੀਨ ਓਵੈਸੀ ਹੋਰਾਂ ਨੇ ਜਦੋਂ ਸਹੁੰ ਚੁੱਕੀ ਸੀ ਤਾਂ ਉਹਨਾਂ ਨੇ ਜੈ ਫਿਲਸਤੀਨ ਕਹਿ ਦਿੱਤਾ ਸੀਗਾ, ਜੈ ਭੀਮ ਕਹਿ ਦਿੱਤਾ ਸੀ, ਜੈ ਤੇਲੰਗਾਨਾ ਕਹਿ ਦਿੱਤਾ ਸੀ, ਤਾਂ ਉਹਨਾਂ ਦਾ ਕਾਫੀ ਰੋਸ ਮਨਾਇਆ ਗਿਆ ਸੀਗਾ ਬਾਕੀ ਮੈਂਬਰ ਪਾਰਲੀਮੈਂਟਸ ਵੱਲੋਂ ਕਿ ਅਜਿਹਾ ਨਹੀਂ ਬੋਲਣਾ ਚਾਹੀਦਾ। ਇਸ ਤੋਂ ਇਲਾਵਾ ਹੋਰ ਵੀ ਕਈ ਲੀਡਰਾਂ ਨੇ ਵੱਖੋ ਵੱਖਰੇ ਤਰੀਕੇ ਦੇ ਨਾਲ ਨਾਅਰੇ ਲਗਾਏ ਸੀਗੇ, ਇੱਥੋਂ ਤੱਕ ਕਿ ਜਿਹੜੇ ਰਾਹੁਲ ਗਾਂਧੀ ਨੇ ਉਹਨਾਂ ਨੇ ਵੀ ਜੈ ਸੰਵਿਧਾਨ ਕਹਿ ਦਿੱਤਾ ਸੀਗਾ, ਜੈ ਹਿੰਦ ਕਹਿ ਦਿੱਤਾ ਸੀ। ਅਯੋਧਿਆ ਤੋਂ ਸਮਾਜਵਾਦੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਜੈ ਅਯੋਧਿਆ ਕਿਹਾ ਸੀਗਾ। ਇਸ ਤੋਂ ਇਲਾਵਾ ਇੱਕ BJP ਦੇ ਲੀਡਰ ਸੀਗੇ ਛਤਰਪਾਲ ਗੰਗਵਾਰ, ਉਹਨਾਂ ਨੇ ਹਿੰਦੂ ਰਾਸ਼ਟਰ ਦੀ ਜੈ ਕਿਹਾ ਸੀਗਾ। ਅਤੇ ਇਸ ਤੋਂ ਇਲਾਵਾ ਇੱਕ ਮਣੀਪੁਰ ਦੇ ਵੀ ਸੀਗੇ ਲੀਡਰ, ਉਹਨਾਂ ਨੇ ਵੀ ਕਿਹਾ ਸੀਗਾ ਕਿ ਮਣੀਪੁਰ ਨੂੰ ਨਿਆਂ ਦਿਓ, ਭਾਰਤ ਨੂੰ ਬਚਾਓ। ਤਾਂ ਅਜਿਹੇ ਕਾਫੀ ਕੁਝ ਦੇਖਣ ਨੂੰ ਮਿਲਿਆ ਸੀਗਾ, ਅਜਿਹੀ ਨਾਅਰੇਬਾਜ਼ੀ ਵੀ ਦੇਖਣ ਨੂੰ ਮਿਲੀ ਸੀਗੀ। ਹੇਮਾ ਮਾਲਿਨੀ ਨੇ ਆਪਣੇ ਜਿਹੜਾ ਸਹੁੰ ਚੁੱਕ ਸਮਾਗਮ ਦੇ ਵਿੱਚ ਸਹੁੰ ਚੁੱਕਣ ਦੀ ਸ਼ੁਰੂਆਤ ਦੇ ਨਾਲ ਹੀ ਰਾਧੇ ਰਾਧੇ ਕਹਿ ਦਿੱਤਾ ਸੀਗਾ, ਜਿਹਦੇ ਉੱਤੇ ਵੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਸਾਹਮਣੇ ਆ ਗਈਆਂ ਸਨ। ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਲੀਡਰਾਂ ਦੇ ਅਜਿਹੇ ਬਿਆਨ ਸੀਗੇ। ਇੱਕ ਲੀਡਰ ਤਾਂ ਆਪਣੀ ਟੀ-ਸ਼ਰਟ ਦੇ ਉੱਤੇ ਰੀ-ਨੀਟ ਲਿਖ ਕੇ ਲੈ ਗਿਆ ਸੀਗਾ ਕਿ ਜਿਹੜੀ ਨੀਟ ਦੀ ਪ੍ਰੀਖਿਆ ਹੈ ਉਹਨੂੰ ਸਹੀ ਅਤੇ ਪਾਰਦਰਸ਼ਤਾ ਦੇ ਨਾਲ ਕਰਵਾਇਆ ਜਾਵੇ। ਤਾਂ ਅਜਿਹੀਆਂ ਜਿਹੜੀਆਂ ਚੀਜ਼ਾਂ ਨੇ, ਅਜਿਹੀਆਂ ਟਿੱਪਣੀਆਂ ਨੇ, ਉਹਨਾਂ ਦੇ ਉੱਤੇ ਹੁਣ ਰੋਕ ਲਗਾ ਦਿੱਤੀ ਗਈ ਹੈ। ਸਿਰਫ ਅਤੇ ਸਿਰਫ ਜਿਹੜਾ ਭਾਸ਼ਣ ਹੈ, ਜੋ ਸਿਰਫ ਤੁਹਾਡਾ ਉਹ ਹਿੱਸਾ ਹੈ ਜਿਹਦੇ ਵਿੱਚ MP ਨੇ ਸਹੁੰ ਚੁੱਕਣੀ ਹੈ, ਉਹੀ ਸ਼ਬਦ ਕੇਵਲ ਬੋਲੇ ਜਾਣਗੇ। ਉਸ ਤੋਂ ਇਲਾਵਾ ਸਾਰੇ ਸ਼ਬਦ ਬੋਲਣ ਦੇ ਉੱਤੇ ਮਨਾਹੀ ਕਰ ਦਿੱਤੀ ਗਈ ਹੈ। ਵੱਡੀ ਅਤੇ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਕਿਉਂਕਿ ਕੱਲ੍ਹ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਸਹੁੰ ਚੁੱਕਣੀਆਂ, ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਨੂੰ 4 ਦਿਨਾਂ ਦੀ ਪੈਰੋਲ ਮਿਲੀ ਹੈ ਅਤੇ ਉਸ ਪੈਰੋਲ ਦੇ ਦੌਰਾਨ ਹੀ ਉਹ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਦਿੱਲੀ ਲਿਆਂਦੇ ਜਾਣਗੇ ਅਤੇ ਦਿੱਲੀ ਉਹ ਸਪੀਕਰ ਦੇ ਕਮਰੇ ਦੇ ਵਿੱਚ ਸਹੁੰ ਚੁੱਕਣਗੇ। ਇਸ ਤੋਂ ਇਲਾਵਾ ਇੱਕ ਹੋਰ ਵੀ ਨੇ ਜਿਹੜੇ ਜੰਮੂ ਕਸ਼ਮੀਰ ਤੋਂ ਵੀ ਜੇਲ੍ਹ ਦੇ ਵਿੱਚ ਬੈਠੇ ਹੋਏ MP ਬਣੇ ਨੇ, ਉਹਨਾਂ ਨੇ ਵੀ, ਇੰਜੀਨੀਅਰ ਰਾਸ਼ਿਦ ਨੇ ਵੀ ਸਹੁੰ ਚੁੱਕਣੀ ਹੈ, ਤਾਂ ਉਹ ਵੀ ਕਮਰੇ ਦੇ ਵਿੱਚ ਹੀ ਸਹੁੰ ਚੁੱਕਣਗੇ, ਉਹ ਵੀ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਆਉਣਗੇ। ਅਤੇ ਇਸ ਤੋਂ ਪਹਿਲਾਂ ਇਹ ਵੱਡਾ ਬਦਲਾਅ ਕੀਤਾ ਗਿਆ ਹੈ ਕਿ ਕੋਈ ਹੋਰ ਅਜਿਹਾ ਨਾਰਾ ਜਾਂ ਕੋਈ ਅਜਿਹਾ ਸ਼ਬਦ ਨਾ ਬੋਲਿਆ ਜਾਵੇ, ਸਿਰਫ ਸਹੁੰ ਚੁੱਕ ਸਮਾਗਮ ਦੇ ਨਾਲ ਸੰਬੰਧਿਤ ਸ਼ਬਦ ਹੀ ਬੋਲੇ ਜਾਣ। ਨਿਡਰ ਹਾਂ, ਨਿਰਪੱਖ ਹਾਂ, ਆਜ਼ਾਦ ਹਾਂ, ਸੱਚ ਕਹਾਂ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਫਿਰ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ।
ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।